ਰਾਸਵਾ ਮੈਂਬਰ ਸ਼ਵੈਤ ਮਲਿਕ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਆਨ ਤੇ ਕਿ ਵਿਰੋਧੀਆਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਪੰਜਾਬ ਦੇ ਵਿਕਾਸ ਦੇ ਲਈ ਇਸ ਤੇ ਉਹਨਾਂ ਨੇ ਕਿਹਾ ਹੈ ਕਿ ਵਿਰੋਧੀ ਵੀ ਉਹਨਾਂ ਦਾ ਸਾਥ ਦੇਣਗੇ ਵਿਰੋਧੀ ਪਾਰਟੀਆਂ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਜਾਵੇਗਾ ਪਰ ਜੇਕਰ ਪੰਜਾਬ ਦਾ ਵਿਕਾਸ ਹੋ ਰਿਹਾ ਹੋਵੇਗਾ ਤਾਂ ਉਹਨਾਂ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਵਿਰੋਧੀ ਪੱਖ ਨੂੰ ਵਿਕਾਸ ਦੇ ਵਿੱਚ ਸਾਥ ਦੇਣ ਦੀ ਉਹਨਾਂ ਨੇ ਇਹ ਗੱਲ ਕਹੀ ਸੀ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਪੰਜਾਬ ਦਾ ਵਿਕਾਸ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਕਈ ਪੀੜਤਾਂ ਨੇ ਆਪਣੇ ਬਿਆਨਾਂ ਦੇ ਵਿੱਚ ਕਿਹਾ ਹੈ ਕਿ 1984 ਦੇ ਜੋ ਕਤਲੇਆਮ ਹੋਇਆ ਸੀ ਜਿਸ ਦੇ ਵਿੱਚ ਕਈ ਸਿੱਖ ਵੀ ਮਾਰੇ ਗਏ ਸਨ, ਇਹ ਦੰਗੇ ਕਾਂਗਰਸ ਨੇ ਕਰਵਾਏ ਸੀ। ਪਰ ਫਿਰ ਵੀ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਧਾਰਮਿਕ ਸਮਾਗਮਾਂ ਦੇ ਦੌਰਾਨ ਸਿਆਸੀ ਕਾਨਫਰੰਸਾਂ ਕੀਤੇ ਜਾਣ ਦੇ ਸਮਰਥਨ ਕਰਦੇ ਹੋਏ ਸ਼ਵੈਤ ਮਲਿਕ ਨੇ ਕਿਹਾ ਕਿ ਭਾਰਤ ਦੇ ਵਿੱਚ ਲੋਹੜੀ ਤੋਂ ਲੈ ਕੇ ਦੀਵਾਲੀ ਤੱਕ ਕਈ ਤਿਉਹਾਰ ਆਉਂਦੇ ਹਨ ਅਤੇ ਕਈ ਸਮਾਗਮ ਵੀ ਇਸੇ ਦੌਰਾਨ ਆਯੋਜਿਤ ਕੀਤੇ ਜਾਂਦੇ ਹਨ ਅਜਿਹੇ ਸਮਾਗਮਾਂ ਦੇ ਵਿੱਚ ਸਿਆਸੀ ਕਾਨਫਰੰਸਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਪੰਜਾਬ ਇੱਕ ਸਮ੍ਰਿੱਧ ਪ੍ਰਦੇਸ਼ ਮੰਨਿਆ ਗਿਆ ਪਰ ਇੱਕ ਕਾਂਗਰਸੀ ਸਰਕਾਰ ਨੇ ਉਹ ਸਮ੍ਰiddhi ਨੂੰ ਗ੍ਰਹਿਣ ਲਾਤਾ ਹੈ। ਅੱਜ ਸਾਰਾ ਯੂਥ ਜਿਹੜਾ ਹੈ ਉਹ ਨੌਕਰੀਆਂ ਢੂੰਡ ਰਿਹਾ ਜੋ ਵਾਦਾ ਕੀਤਾ ਸੀ 2500 ਰੁਪਏ ਮਹੀਨੇ ਦਾ ਪੱਤਾ ਜਿਹੜਾ ਦੇਣਾ ਸੀ ਉਹ ਢੂੰਡ ਰਿਹਾ ਹੈ ਇਸੇ ਤਰ੍ਹਾਂ ਜਿਹੜੇ ਬਰਿਸ਼ਟ ਲੋਕ ਸੀ ਸੀਨੀਅਰ ਸਿਟੀਜ਼ਨ ਉਹਨਾਂ ਦੀ ਸੋਸ਼ਲ ਵੈਲਫੇਅਰ ਸਕੀਮ ਦਾ ਦੱਸਿਆ ਬੰਦ ਕਰਤੀ ਹੈ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਦੇ ਸਾਡੀ ਸਰਕਾਰ ਦੇ ਦਿੱਤੇ ਕਰੋੜਾਂ ਦੇ ਫੰਡ ਵਾਪਸ ਵਗਾ ਕੇ ਡਿਵੈਲਪਮੈਂਟ ਜਿਹੜੀ ਹੈ ਉਹ ਖਤਮ ਹੋ ਗਈ ਹੈ ਸੋ ਮੈਂ ਸਮਝਣਾਵਾ ਕਿ ਸਰਕਾਰ ਨੂੰ ਖੁਦ ਹੀ ਤਿਆਗ ਪੱਤਰ ਦੇਣਾ ਚਾਹੀਦਾ ਸਰਕਾਰ ਪੂਰੀ ਤਰ੍ਹਾਂ ਵਿਫਲ ਹੋ ਚੁੱਕੀ ਹੈ ਪਹਿਲੇ ਕੁਆਟਰ ਦੇ ਵਿੱਚ 3 ਮਹੀਨੇ ਜਿਹਨਾਂ ਨੇ ਕਿਹਾ ਸਾਨੂੰ ਸਮੇਂ ਦਿਓ ਔਰ ਜ਼ੀਰੋ ਨੰਬਰ ਆਇਆ ਫਿਰ ਅਗਲਾ ਕੁਆਟਰ 3 ਮਹੀਨੇ ਦਾ ਆ ਗਿਆ ਉਹਦੇ ਵਿੱਚ ਫਿਰ ਕੋਈ ਡਿਵੈਲਪਮੈਂਟ ਨਹੀਂ ਜ਼ੀਰੋ ਨੰਬਰ ਮਿਲਿਆ ਹੋਰ 3 ਮਹੀਨੇ ਮੰਗੇ ਅਗਲਾ 3 ਮਹੀਨੇ ਫਿਰ ਜ਼ੀਰੋ ਨੰਬਰ ਔਰ ਚੌਥਾ ਕੁਆਟਰ ਚੱਲ ਰਿਹਾ ਸਾਲ ਹੋ ਚੱਲਿਆ ਮੈਨੂੰ ਨਹੀਂ ਸਮਝ ਆਉਂਦਾ ਕਿ ਸਰਕਾਰ ਦਾ ਹਨੀਮੂਨ ਪੀਰੀਅਡ ਖਤਮ ਕਦੋਂ ਹੋਏਗਾ 5 ਸਾਲ ਜੋ 1 ਸਾਲ ਜਿਹੜਾ ਉਹ ਖਤਮ ਹੋ ਚੱਲਿਆ ਸਾਨੂੰ ਕੋਈ ਆਸ ਨਹੀਂ ਹੈ ਸੋ ਅਸੀਂ ਜਨਤਾ ਨੂੰ ਜਗਾ ਰਹੇ ਹਾਂ ਜਨਤਾ ਦੀ ਸ਼ਕਤੀ ਜਾਗੇ ਔਰ ਇਸ ਅਲੋਕਤਾਂਤ੍ਰਿਕ ਵਿਫਲ ਫੇਲ ਸਰਕਾਰ ਨੂੰ ਚਲਾਨਾ ਕਰਨ ਔਰ ਇਹ ਸਭ ਤੋਂ ਵੱਡੀ ਗੱਲ ਕੀ ਹੈ ਕਿ ਇਹਨਾਂ ਦੇ ਐਮਪੀ ਪ੍ਰਤਾਪ ਸਿੰਘ ਬਾਜਵੇ ਨੇ ਵੀ ਗ੍ਰੇਸ ਦਿੰਦੇ ਹੋਏ ਇਹਨਾਂ ਨੂੰ ਫੇਲ ਹੋਣ ਤੋਂ ਸਿਰਫ ਬਚਾਇਆ 50% ਮਾਰਕ ਦਿੱਤੇ ਮੈਂ ਤਾਂ ਕਹਿੰਦਾ ਮਾਰਕ ਤੇ 10% ਵੀ ਨਹੀਂ ਦੇ ਮਿਲਨੇ ਚਾਹੀਦੇ ਪਰ ਉਹ ਕਾਂਗਰਸੀ ਹੋਣ ਕਰਕੇ ਪ੍ਰਤਾਪ ਸਿੰਘ ਬਾਜਵਾ ਜੋ ਐਮਪੀ ਨੇ ਉਹਨਾਂ ਨੇ ਵੀ 50% ਨੰਬਰ ਸਿਰਫ ਦਿੱਤੇ ਕਿ ਸਰਕਾਰ ਨੂੰ ਸਿਰਫ ਅਸੀਂ 50% ਨੰਬਰ ਦੇਾਂਗੇ ਸੋ ਪ੍ਰਤੱਖ ਕੋ ਪਰਮਾਨਕੀਕਿਆ ਅਵਸ਼ਕਤਾ ਹੈ ਇਹ ਸਰਕਾਰ ਨੂੰ ਖਤਮ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਕਾਰਗਰਤਾ ਸੜਕਾ ਦੁੱਤ ਹੋ ਚੁੱਕੇ ਹੈ